ਸਰਜੀਤ ਬਿੰਦਰਖੀਏ ਦੀ ਚਰਨਜੀਤ ਹੂਜਾ ਦੇ ਨਾਲ ਕਿਵੇਂ ਖੜਕੀ, ਕਿਵੇਂ ਸਰਜੀਤ ਬਿੰਦਰਖੀਆ ਨੇ ਚਰਨਜੀਤ ਹੂਜਾ ਦੇ ਪੈਰੀ ਹੱਥ ਨਹੀਂ ਸੀ ਲਾਇਆ, ਕਿਉਂ ਕਦੇ ਵੀ ਚਰਨਜੀਤ ਹੂਜਾ ਦੇ 뮤직 ਦੇ ਵਿੱਚ ਬਿੰਦਰਖੀਏ ਦੀ ਆਵਾਜ਼ ਰਿਕਾਰਡ ਨਹੀਂ ਹੋ ਸਕੀ। ਦੋਸਤੋ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ। ਕਹਿੰਦੇ ਜਦੋਂ ਸਰਜੀਤ ਬਿੰਦਰਖੀਆ ਦੇ ਪੂਰੇ ਚੜੇ ਸੀਗੇ ਉਦੋਂ ਉਹਨਾਂ ਦੇ ਸਹੁਰਾ ਸਾਹਿਬ ਕੋਲ ਟੈਕਸਲਾ ਵਾਲੇ ਗੈਜਨਲ ਟੀਵੀ ਵੀ ਹੁੰਦਾ ਸੀ, ਉਹ ਕੰਪਨੀ ਖੋਲੀ ਸੀ ਉਹਨੇ, ਉਹ ਗਏ ਤੇ ਉਹਨਾਂ ਨੇ ਇੱਕ ਟੈਕਸਲਾ ਟੀਵੀ ਤੇ 11,000 ਰੁਪਇਆ ਸਰਜੀਤ ਬਿੰਦਰਖੀਆ ਦੇ ਸਹੁਰਾ ਸਾਹਿਬ ਨੂੰ ਦਿੱਤਾ ਤੇ ਕਹਿੰਦੇ ਜੀ ਸਾਡੀ ਇੱਕ ਕੈਸਟ ਕਰ ਦਿਓ ਤੇ ਅਸੀਂ ਚਰਨਜੀਤ ਹੂਜਾ ਸਾਹਿਬ ਨਾਲ 뮤직 ਸਾਰਾ ਕੁਝ ਗੱਲਬਾਤ ਕੀਤੀ ਹੋਈ ਆ ਵੀ ਤੁਸੀਂ ਭੇਜੋ। ਚਲੋ ਜੀ ਹੁਣ ਸਹੁਰਾ ਸਾਹਿਬ ਨੂੰ ਜਵਾਬ ਨਹੀਂ ਸੀ ਦੇ ਸਕਦਾ ਸਰਜੀਤ ਬਿੰਦਰਖੀਆ। ਸਰਜੀਤ ਬਿੰਦਰਖੀਆ ਨੇ ਜੀ ਕਹਿੰਦੇ ਆਪਣੀ ਉਹ ਬੈਨ ਮਰੂਤੀ ਬੈਨ ਜਿਹੜੀਆਂ ਹੁੰਦੀਆਂ ਸੀਗੀਆਂ ਦੋਏ ਪਾਸੇ ਕੋਲ, ਉਹ ਚੱਕੀ ਚੱਕ ਕੇ ਸਿੱਧਾ ਸ਼ਮਸ਼ੀਰ ਸੰਧੂ ਦੇ ਕੋਲ ਤੇ ਉਹਨਾਂ ਨੂੰ ਕਹਿੰਦਾ ਬਾਈ ਜੀ ਚੱਕੋ ਕੁੜਤਾ ਪਜਾਮਾ ਕਮੀਜ਼ ਤੇ ਆਪਾਂ ਦਿੱਲੀ ਜਾਣਾ। ਸਿੱਧੇ ਜੀ ਦਿੱਲੀ ਦੀ ਰਵਾਨਗੀ, ਦਿੱਲੀ ਜਾ ਕੇ ਚਰਨਜੀਤ ਹੂਜਾ ਸਾਹਿਬ ਦੇ ਚਲੇ ਗਏ ਦਫ਼ਤਰ। ਚਲੋ ਜੀ ਬੈਠੇ ਉੱਥੇ ਜਾ ਕੇ ਕਹਿੰਦੇ ਪੈਂਦੀ ਸੱਟੇ ਇਹਨਾਂ ਨੇ ਤਾਂ ਗੋਡੀ ਹੱਥ ਲਾਇਆ ਸੰਧੂ ਸਾਹਿਬ ਨੇ ਤੇ ਉਹ ਜਿਹੜਾ ਸੀਗਾ ਸਰਜੀਤ ਬਿੰਦਰਖੀਆ ਉਹ ਕਹਿੰਦੇ ਜਾ ਕੇ ਬਹਿ ਗਿਆ ਤੇ ਉਹਨੇ ਹੱਥ ਮੋਹਰ ਨੂੰ ਕਰ ਦਿੱਤਾ ਤੇ ਪਹਿਲਾਂ ਤਾਂ ਨਾ ਪੈਰੀ ਹੱਥ ਲਾਉਣ ਤੋਂ ਖਿੱਚ ਗਿਆ ਚਰਨਜੀਤ ਹੂਜਾ ਹੈ। ਉਸ ਤੋਂ ਬਾਅਦ ਕਹਿੰਦੇ ਬਿੰਦਰਖੀਏ ਨੇ ਕਹਿ ਦਿੱਤਾ ਵੀ ਜੀ ਕੋਈ ਕੰਪਨੀ ਵਾਲੇ ਨੇ ਸੀਟਿੰਗ ਸ਼ੂਟਿੰਗ ਰੱਖੀ ਆ ਉਹਦੇ ਬਾਰੇ ਤੇ ਕਹਿੰਦੇ ਚਰਨਜੀਤ ਹੂਜਾ ਫਿਰ ਭੜਕ ਉੱਠਿਆ, ਕਹਿੰਦਾ ਸੀਟਿੰਗ ਤਾਂ ਉਹਦੀ ਸ਼ੂਟਿੰਗ ਕੀ ਹੁੰਦੀ ਆ ਤੇ ਕਹਿੰਦੇ ਉਹ ਹਾਂਜੀ ਉਹੋ ਹੀ ਤੇ ਚਲੋ ਜੀ ਕਰਤੇ ਕਹਿੰਦੇ ਕਰਦੇ ਗੀਤ ਕੱਢੇ ਤੇ ਗੀਤ ਕੱਢ ਕੇ ਮੈਂ ਜਦੋਂ ਮੋਹਰੇ ਰੱਖੇ ਤੇ ਕਹਿੰਦੇ ਪਹਿਲਾਂ ਤਾਂ ਕਹਿੰਦੇ ਚਰਨਜੀਤ ਹੂਜਾ ਹੋਣਾ ਨੇ ਆਪਣੇ ਖੋਲਿਆ ਦਰਾਜ ਉੱਤੋਂ ਡੈਰੀ ਕੱਢੀ ਗੀਤ ਲੱਗ ਪਿਆ ਕਰਨ, ਕਹਿੰਦੇ ਫਿਰ ਬਿੰਦਰਖੀਏ ਨੇ ਤੀਜੀ ਵਾਰ ਟੋਕਤਾ, ਕਹਿੰਦੇ ਨਹੀਂ ਜੀ ਮੇਰਾ ਮੈਟਰ ਤਾਂ ਸਾਰਾ ਸੰਧੂ ਸਾਹਿਬ ਹੋਣੀ ਦੇਖਦੇ ਆ, ਕਹਿੰਦੇ ਫਿਰ ਚਰਨਜੀਤ ਹੂਜਾ ਨੇ ਖਿੱਚ ਕੇ ਡੈਰੀ ਮਾਰੀ ਪਰੇ ਤੇ ਕਹਿੰਦੇ ਲਿਆਓ ਜੀ, ਕਹਿੰਦੇ ਸੰਧੂ ਸਾਹਿਬ ਨੇ ਮੋਹਰੇ ਰੱਖਿਆ ਗੀਤ ਸਮੀਏ ਤੇ ਕਹਿੰਦੇ ਚਰਨਜੀਤ ਹੂਜਾ ਕਹਿੰਦੇ ਇਹ ਪਤਾ ਕਿਹੜੇ ਰਾਗ ਚੋਂ ਆ ਤੇ ਕਿਹੜਾ ਕੀ ਹੈ ਉਹ ਕੀ ਫੋਕ ਆ, ਪਰ ਕਹਿੰਦੇ ਸੰਧੂ ਸਾਹਿਬ ਬੜੇ ਹੰਡੇ ਹੋਏ ਸੀ, ਉਹਨਾਂ ਨੇ ਉਹ ਰਾਗ ਵੀ ਦੱਸ ਦਿੱਤਾ ਸੁਰਤਾਲ ਜੋ ਸੀ ਉਹ ਸਾਰਾ ਕੁਝ ਦੱਸ ਦਿੱਤਾ, ਕਹਿੰਦੇ ਹਾਂ ਹਾਂ ਸਹੀ ਆ। ਚਲੋ ਜੀ ਉਹ ਰੱਖ ਦਿੱਤਾ ਗਾਣੇ 3-4 ਕ ਕੀਤੇ ਤੇ ਕਹਿੰਦੇ ਜੀ ਹੁਣ ਤੁਸੀਂ 19 ਤਰੀਕ ਨੂੰ ਆ ਜਾਓ। ਕਹਿੰਦੇ ਸਰਜੀਤ ਬਿੰਦਰਖੀਆ ਕਹਿੰਦਾ ਨਾ ਬਾਈ ਜੀ ਮੇਰੇ ਕੋਲ ਤਾਂ ਪ੍ਰੋਗਰਾਮ ਬਹੁਤ ਆ, ਮੇਤੇ ਇੰਨੇ ਗੇੜੇ ਨਹੀਂ ਲੱਗਣੇ ਤੇ ਕਹਿੰਦੇ ਚਰਨਜੀਤ ਹੂਜਾ ਦਾ ਇਹ ਕੰਮ ਹੁੰਦਾ ਸੀ ਤੇ ਉਹ ਤਾਂ ਮਹੀਨਾ ਮਹੀਨਾ ਇੱਕ ਕੈਸਟ ਨੂੰ ਲਾਉਂਦਾ ਸੀ, ਤਿਆਰੀ ਬਹੁਤ ਕਰਾਉਂਦੇ ਸੀਗੇ, ਜਦੋਂ ਉਹਨਾਂ ਨੂੰ ਐਨ ਪੂਰਾ ਭਰੋਸਾ ਉਹ ਫਿਰ ਰਿਕਾਰਡ ਕਰਦੇ ਸੀ ਤੇ ਸਾਰੇ ਸਿੰਗਰ ਉਹਨਾਂ ਕੋਲ ਏਦਾਂ ਹੀ ਹੁੰਦੇ ਸੀ ਜਿਵੇਂ ਕਿ ਹੰਸਰਾਜ ਹੰਸਰ, ਭਜਨ ਮਾਨ, ਸਰਦੂਲ ਸਿਕੰਦਰ, ਅਮਰ ਸਿੰਘ ਚਮਕੀਲਾ, ਮੁਹੰਮਦ ਜਿੰਨੇ ਵੀ ਸਿੰਗਰ ਲੈ ਲਓ, ਪਰ ਇੱਥੇ ਕੰਮ ਉਲਟ ਹੋ ਗਿਆ ਸੀਗਾ ਹਨਾ। ਇੱਧਰ ਸਰਜੀਤ ਬਿੰਦਰਖੀਆ ਕਹਿੰਦਾ ਜੀ ਅਸੀਂ ਤਾਂ ਕਹਿੰਦਾ ਜੀ 5-4 ਦਿਨਾਂ 'ਚ ਭੁਗਤਾ ਦੇਈਦੀ ਆ ਟੇਪ, ਤੇ ਉਹ ਫਿਰ ਕਹਿੰਦੇ ਖਿੱਚ ਗਏ। ਜਦੋਂ ਕਹਿੰਦੇ ਫਿਰ ਹੋਇਆ ਤੇ ਉਹ ਕਹਿੰਦੇ ਨਹੀਂ ਜੀ ਫਿਰ ਟਾਈਮ ਤੁਸੀਂ ਲੈ ਲਓ ਫਿਰ ਦੁਬਾਰਾ ਆਇਓ, ਕਹਿੰਦੇ ਹੋਣਾ ਹਣਾ ਕੀ ਸੀ ਉਹ ਨਾ ਦੁਬਾਰਾ ਕਹਿੰਦੇ ਬਿੰਦਰਖੀਆ ਗਿਆ ਤੇ ਨਾ ਕਹਿੰਦੇ ਬਿੰਦਰਖੀਆ ਨੇ ਮੁੜ ਕੇ ਗਾਣੇ ਉਹ ਕੀਤੇ ਤੇ ਨਾ ਹੀ ਅਹੂਜਾ ਸਾਹਿਬ ਦੇ 뮤직 ਕਹਿੰਦੇ ਬਿੰਦਰਖੀਆ ਦੀ ਫਿਰ ਆਵਾਜ਼ ਆਈ ਤੇ ਉਹਦੀ ਜਿਹੜੀ ਵਿਗੜੀ ਚੱਲ ਗਈ ਤੇ ਚਮਕੀਲਾ 'ਚ ਥੋੜਾ ਜਿਹਾ ਜੱਪਣਾ ਸੀਗਾ, ਥੋੜਾ ਜਿਹਾ ਉਹ ਪੇਂਡੂ ਤੋਂ ਆਵਤ ਤਾਂ ਪੈਰੀ ਪੂਰੀ ਹੱਥ ਲਾਉਣ ਵਾਲਾ ਨਹੀਂ, ਪਰ ਇਹ ਸਿੰਗਰਾਂ ਦਾ ਕੰਮ ਹੁੰਦਾ ਗੋਡੀਆਂ ਹੱਥ ਲਾਈ ਜਾਣਾ ਦਿਲ ਭਾਵੇਂ ਪਿੱਛੋਂ ਗਾਲਾਂ ਕੱਢੀ ਜਾਣੀਆਂ, ਪਰ ਬਿੰਦਰਖੀਆ ਬਹੁਤ ਹੋਰ ਤਰ੍ਹਾਂ ਦਾ ਬੰਦਾ ਸੀ, ਉਹ ਦਿਲ ਦਾ ਸਾਫ਼ ਬੰਦਾ ਸੀਗਾ ਤੇ ਉਹ ਇਹਨਾਂ ਦੀ ਮੁੜ ਕੇ ਨਹੀਂ ਵੀ ਨਹੀਂ ਤੇ ਉਹ ਕੰਪਨੀ ਦੀ ਕਹਿੰਦੇ ਪੈਸੇ ਵੀ ਗਏ ਕੈਸਟ ਵੀ ਨਹੀਂ ਆਈ। ਫਿਰ ਉਹ ਗਾਣਾ ਸੀ ਜਿਹੜਾ ਸੰਧੂ ਸਾਹਿਬ ਵਾਲਾ ਉਹ ਹੰਸਰਾਜ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਸੀ ਤੇ ਕਹਿੰਦੇ ਬਹੁਤ ਸੁਪਰ ਡੁਪਰ ਹਿੱਟ ਸਮੀਏ ਉਹ ਗੀਤ ਹੋਇਆ ਸੀ ਹੰਸਰਾਜ ਦਾ। ਸੋ ਦੋਸਤੋ ਇਹ ਸੀ ਜਾਣਕਾਰੀ ਤੁਹਾਨੂੰ।